राजा वड़ेंग मैं तो कहूँगी एक नंबर का ड्रामेबाज परसन आओ। उन्हां दी सरकार 5 साल रही है, मैनू पहला राजा वड़ेंग जी ये जवाब देन भी वह किन्ने वारी मैडिकल कॉलेज का कोई दौरा करन आए आ। ये कहिंदे आ ना 12th पास मिनिस्टर आ, ओ पी सोनी ने PhD की सी और 10वीं फेल सी जी। जे मैं गल ये नहीं कह लगी कि इन्हों का मैं वो करा रही क्योंकि मिनिस्टर साहब बारे गलत बोल रहे ने। मैं कहनी हाँ कि बंदा वड्डा नहीं हुंदा जी, उहदे काम वड्डे हुंदे आ ते ओ ਸਾਡੇ ਇਹ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੇ ਕਰਕੇ ਦੱਸੇ ਨੇ। ਅਕਾਲੀ ਦਲ ਦਾ ਕੋਈ ਹੈਲਥ ਮਿਨਿਸਟਰ ਇੱਥੇ ਗੇੜਾ ਮਾਰ ਕੇ ਨਹੀਂ ਗਿਆ, ਕਾਂਗਰਸ ਪਾਰਟੀ ਦਾ ਕੋਈ ਹੈਲਥ ਮਿਨਿਸਟਰ ਨਹੀਂ ਆਇਆ। ਜਿਹੜਾ ਵੀ ਕੋਈ ਮੰਤਰੀ ਆਉਂਦਾ ਸੀ ਇਹਨਾਂ ਕੋਲ ਰੋਟੀਆਂ ਖਾ ਕੇ ਘਰੇ ਚੱਲ ਜਾਂਦਾ ਸੀਗਾ। ਕਿਸੇ ਬੰਦੇ ਨੇ ਹਿੰਮਤ ਨਹੀਂ ਕੀਤੀ ਮੰਤਰੀ ਨੇ ਵੀ ਹਸਪੀਟਲ ਜਾ ਕੇ ਮਰੀਜ਼ਾਂ ਦਾ ਹਾਲ ਪੁੱਛਿਆ ਜਾਵੇ। ਜੇ ਆਮ ਆਦਮੀ ਸਰਕਾਰ ਦੇ ਇਮਾਨਦਾਰ ਮਿਨਿਸਟਰ ਕੋਈ ਆ ਕੇ ਮੁਲਾਜ਼ਮਾਂ ਦੇ ਵਿੱਚ ਬਹਿ ਕੇ ਉਹਨਾਂ ਦਾ ਦੁੱਖ ਦਰਦ ਸੁਣ ਕੇ ਮਰੀਜ਼ਾਂ ਦੀ ਤਕਲੀਫ ਨੂੰ ਦੇਖਣ ਵਾਸਤੇ ਜੇ ਉਹਨਾਂ ਨੇ ਸਵਾਲ ਪੁੱਛ ਲਿਆ ਤਾਂ ਇਹਨਾਂ ਨੂੰ ਮੌਤ ਪੈ ਗਈ ਹੈ।